ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪਾਉਂਦੇ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਨੂੰ। ਤੁਸੀਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਜਿਹੜੀਆਂ ਘਾਲ ਕਮਾਈਆਂ ਕੀਤੀਆਂ ਸੀ, ਜੋ ਉਹਨਾਂ ਦੇ ਸਿਰ ਉੱਤੇ ਬਿਪਤਾ ਪਈ ਸੀ। ਇੱਕ ਵਿਦਵਾਨ ਕਹਿੰਦਾ ਸਭੀ ਰਿਸ਼ਤੇਦਾਰ ਬਣਤੇ ਹੈ, ਆਪਾਂ ਜੋ ਉਹਨਾਂ ਦੀ ਯਾਦਗਾਰ ਦੇ ਵਿੱਚ ਬੈਠੇ ਹਾਂ ਕਿਉਂਕਿ ਉਹਨਾਂ ਨੇ ਸਫ਼ਰ ਬਹੁਤ ਵੱਡਾ ਤੈਅ ਕੀਤਾ। ਇੱਕ ਵਿਦਵਾਨ ਕਹਿੰਦਾ ਭਲੇ ਪੁਰਖਾਂ ਨੂੰ ਕਰਦੀ ਹੈ ਯਾਦ ਦੁਨੀਆਂ, ਬੁਰੇ ਬੰਦੇ ਦਾ ਰਹਿੰਦਾ ਨਹੀਂ ਨਾਮ ਜੱਗ ਤੇ, ਕਈ ਨੇਕੀਆਂ ਖੱਟ ਦੇ ਲੱਦ ਜਾਂਦੇ, ਕਈ ਸਦਾ ਹੀ ਰਹੇ ਬਦਨਾਮ ਜੱਗ ਤੇ। ਕਈ ਥੋੜ ਦਾ ਬੀਜ ਦੇ ਬੀਜ ਇੱਥੇ ਭਾਲਦੇ ਗਰੀਬ ਦਾਮ ਜੱਗ ਤੇ, ਕੀ ਉਹਦਾ ਜੀਉਣਾ ਤੂਫਾਨ ਬੀਲੇ ਜੇ ਦੀ ਹੋ ਗਈ ਅਣਕ ਨਲਾਮ ਜੱਗ ਤੇ। ਗੁਲਾਮਾਂ ਦੇ ਹੁੰਦੇ ਨਹੀਂ ਮੱਕੇ ਤੇ, ਗੁਲਾਮਾਂ ਨੂੰ ਪੈਂਦੇ ਨੇ ਦਰ ਦਰ ਤੋਂ ਧੱਕੇ, ਕਿਉਂਕਿ ਸਾਡੇ ਉਹ ਮਹਾਨ ਸੂਰਮੇ ਮਹਾਨ ਯੋਧੇ ਸਾਡੇ ਵੱਡੇ ਵਡੇਰੇ ਜਿਹੜੇ ਇਸ ਧਰਤੀ ਤੋਂ ਵਾਪਸ ਮੁੜੇ ਸਨ, ਉਹਨਾਂ ਦੀ 110 ਸਾਲਾ ਆਪਾਂ ਉਹ ਸਫ਼ਰ ਨੂੰ ਚੜ੍ਹਦੀ ਕਲਾ ਦੇ ਵਿੱਚ ਮਨਾਉਣ ਦਾ ਯਤਨ ਕੀਤਾ ਜੇ। ਆਓ ਸਭ ਤੋਂ ਪਹਿਲਾਂ ਢਾਡੀ ਜੱਥੇ ਦੀ ਹਾਜ਼ਰੀ ਪ੍ਰਵਾਨ ਕਰੋ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਔਖੀ ਬਣੀ ਤੋਂ ਔਖੀਆਂ ਘਾਟੀਆਂ ਦਾ ਬਣ ਕੇ ਚਾਨਣਾ ਪੰਨ ਦਿਖਾਉਣ ਵਾਲਾ ਮੇਰੇ ਤੋਂ ਪਹਿਲਾਂ ਮਹਾਨ ਵਿਦਵਾਨਾਂ ਨੇ, ਸਾਹਿਤਕਾਰਾਂ ਨੇ, ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ, ਮੈਨੇਜਮੈਂਟ ਨੇ ਆਪੋ ਆਪਣੇ ਵਿਚਾਰ ਰੱਖੇ ਨੇ, ਸਾਰੇ ਬੜੇ ਸਿਆਣੇ ਸੁਲਝੇ ਨੇ ਮੇਰੇ ਤੋਂ ਜ਼ਿਆਦਾ। ਪਰ ਯਾਦ ਰੱਖਿਓ ਕੌਮਾਂ ਉਹਨਾਂ ਦੀਆਂ ਯੋਧੀਆਂ ਨੇ ਜਿਹੜੇ ਆਪਣੇ ਵੱਡਿਆਂ ਵਡੇਰਿਆਂ ਨੂੰ ਯਾਦ ਰੱਖਦੀਆਂ ਨੇ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ, ਆਹਾ ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ, ਲੱਖ ਯਤਨ ਕਰ ਲਓ ਫਿਰਨਾ ਪਵੇ ਭਾਂਡੇ, ਜਿਹੜਾ ਦੁੱਧ ਸਮੁੰਦਰ ਵਿੱਚ ਡੁੱਲ ਜਾਵੇ, ਨਾਲ ਮੰਤਰਾਂ ਨਹੀਂ ਚਿਰਾਗ ਜਗਦੇ, ਤੇਲ ਮੁੱਕੇ ਤਾਂ ਬੱਤੀ ਉਹ ਗੁੱਲ ਜਾਵੇ, ਪਾਰਸ ਮਿੱਟ ਜਾਮ ਦੀ ਗਲਤ ਅੱਖਰਾਂ ਵਾਂਗ, ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਸੱਚਮੁੱਚ ਭੁੱਲੇ ਬੈਠੇ ਸੀ ਅਸੀਂ, ਅਸੀਂ ਹੋਰ ਹੀ ਨਾਮ ਯਾਦ ਰੱਖਦੇ ਸੀ ਗੁਰੂ ਨਾਨਕ ਜਹਾਜ਼ ਨੂੰ, ਕੌਮ ਭੁੱਲ ਬੈਠੀ ਸੀ। ਸਤਿਗੁਰੂ ਕਿਰਪਾ ਕਰਨ, ਕਿਉਂਕਿ ਵੱਡਿਆਂ ਵਡੇਰੇ ਨੇ ਜਿਹੜੇ ਪਾਰ ਪੂਰਨੇ ਪਾਏ ਨੇ। ਯਾਦ ਰੱਖਿਓ 2 ਮਹੀਨਿਆਂ ਦਾ ਜਿਹੜਾ ਸਫ਼ਰ ਆਪਾਂ ਸਾਰੇ ਕਹੀ ਜਾਂਦੇ ਹਾਂ, ਪਰ ਯਾਦ ਰੱਖਿਓ ਅਸੀਂ ਪੁੱਤ ਕਿਹਦੇ ਹਾਂ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੰਘਾਂ ਨੇ 8-8 ਮਹੀਨੇ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਕੈਦੀ ਹੋਏ ਸਨ, 8-8 ਮਹੀਨੇ ਉਹਨਾਂ ਨੇ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੀ। ਅਸੀਂ ਤਲਵਾਰ ਜੋ ਪੈਦਾ ਹੋਏ ਹਾਂ ਪਿਆਰਿਓ, ਕੋਈ ਗੱਲ ਨਹੀਂ ਹੈ, ਸਿੱਖ ਕੌਮ ਹਮੇਸ਼ਾ ਰੰਬੀਆਂ ਤੇ ਤਲਵਾਰਾਂ ਤੇ ਨੇਜਿਆਂ ਉੱਤੇ ਚੜ੍ਹਦੀ ਕਲਾ ਦੇ ਵਿੱਚ ਖੇਡਦੀ ਹੈ। ਇਹ ਕਦੇ ਗੁੱਡੀਆਂ ਪਟੋਲਿਆਂ ਦੇ ਨਾਲ, ਕਦੇ ਕੌਮਾਂ ਚੜ੍ਹਦੀ ਕਲਾ ਦੇ ਵਿੱਚ ਨਹੀਂ ਰਹਿੰਦੀਆਂ। ਕੌਮਾਂ ਜਦੋਂ ਦੇਗਾਂ ਦੇ ਵਿੱਚ ਕੱਢਦੀਆਂ ਨੇ, ਕੌਮਾਂ ਜਦੋਂ ਤਲਵਾਰਾਂ ਦੇ ਥੱਲੇ ਨੱਚਦੀਆਂ ਨੇ, ਉਦੋਂ ਕੌਮਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ। ਆਓ ਪਿਆਰਿਓ ਆ ਸਰਵਣ ਕਰਿਓ, ਜਦੋਂ ਨਾਨਕ ਜਹਾਜ਼ ਸਮੇਂ ਦੀ ਸਰਕਾਰ ਬੇਈਮਾਨ ਹੋ ਗਈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ, ਉਹ ਸਮੇਂ ਬਾਬੇ ਗੁਰਦਿੱਤ ਸਿੰਘ ਵਰਗਿਆਂ ਨੇ, ਮਹਾਨ ਉਹ ਸਮੇਂ ਦੇ ਵਿਦਵਾਨਾਂ ਨੇ ਜਾ ਕੇ ਗੱਲ ਆਖੀ ਸੀ, ਜੇ ਤੁਸੀਂ ਨਾ ਮੁੜੇ, ਜੇ ਤੁਹਾਡੇ ਸਰੀਰ ਤੇ ਇੱਕ ਵੀ ਝਰੀਟ ਲੱਗ ਗਈ ਨਾ, ਤੇ ਅਸੀਂ ਵੈਨਕੂਵਰ ਨੂੰ ਅੱਗ ਲਗਾ ਕੇ ਸਾੜ ਦਾਂਗੇ, ਨਾਲ ਆਪ ਵੀ ਮਰ ਜਾਵਾਂਗੇ। ਉਹ ਸਮੇਂ ਦੇ ਲੋਕਾਂ ਨੇ ਗੱਲ ਨੂੰ ਚੰਗਾ ਸਮਝਿਆ, ਮੁੜਨਾ ਚੰਗਾ ਸਮਝਿਆ, ਜਿਵੇਂ ਲੋਕ ਲੈ ਕੇ ਮਨ ਵਿੱਚ ਸੁਪਨੇ ਆਏ ਸਨ, ਕਿਉਂਕਿ ਉਹ ਸਮੇਂ ਕਿਸੇ ਨੇ ਆਪਣਾ ਘਰ ਰੱਖਿਆ, ਕਿਸੇ ਨੇ ਜਾਇਦਾਦ ਵੇਚੀ, ਸਭ ਕੁਝ ਵੇਚ ਕੇ ਆਏ ਸਨ, ਪਰ ਸਮੇਂ ਦੀ ਸਰਕਾਰ ਨੇ ਇੱਥੇ ਉਹਨਾਂ ਦਾ ਸਵਾਗਤ ਨਾ ਕੀਤਾ, ਸਗੋਂ ਧੁਕਾਰਿਆ। ਇਹ ਸਾਰੇ ਜਣੇ ਗੁਰੂ ਨਾਨਕ ਜਹਾਜ਼ 'ਚ ਬਹਿ ਕੇ ਜਦੋਂ ਵਾਪਸ ਹੋਣ ਲੱਗੇ ਨੇ, ਜੋ ਜੋ ਗੁਰੂ ਨਾਨਕ ਜਹਾਜ਼ 'ਚ ਜਾਂਦੇ ਆ, ਜੋ ਜੋ ਉਹਨਾਂ ਦੇ ਨਾਲ ਘਟਨਾਵਾਂ ਹੁੰਦੀਆਂ ਨੇ, ਮਹਿਰਮ ਦਾ ਢੱਡ ਜੱਥਾ ਤੇ ਮਹਿਰਮ ਦੀ ਕਲਮ ਆਪ ਦੀ ਖਿਦਮਤ ਵਿੱਚ।
ਧੰਨਵਾਦ ਜੀ, ਡਾਕਟਰ ਸਾਹਿਬ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਜਿਹੜੇ ਵੀ ਆਪਣੀਆਂ ਵੱਡਿਆਂ ਵਡੇਰਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਆਏ ਹੋ, ਕਿਉਂਕਿ ਇਹ ਵੱਡਿਆਂ ਵਡੇਰਿਆਂ ਦੀਆਂ ਦਾਤਾਂ ਨੇ ਜੋ ਅੱਜ ਅਸੀਂ ਆਨੰਦ ਮਾਣ ਰਹੇ ਹਾਂ। ਸਤਿਗੁਰੂ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਤੁਹਾਨੂੰ ਰੱਖੇ, ਇੱਥੇ ਵੱਸਦੇ ਰਹੋ, ਹੱਸਦੇ ਰਹੋ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਅਤੇ ਰੋਸ਼ਨ ਕਰਦੇ ਰਹੋ। ਤੁਹਾਡੇ ਦਰਸ਼ਨ ਉਦਾਰੇ ਫਿਰ ਆਪਾਂ ਕਰਦੇ ਰਹੀਏ, ਸਤਿਗੁਰੂ ਕਿਰਪਾ ਕਰਨ। ਆਉਣ ਵਾਲਾ ਜੋ ਸਮਾਂ ਉਲੀਕਿਆ ਗਿਆ, ਡਾਕਟਰ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆਪ ਜੀ ਦਰਸ਼ਨ ਦਿਦਾਰੇ ਕਰਵਾਏ ਨੇ, ਵੱਖ ਵੱਖ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਦਰਸ਼ਨ ਦਿਦਾਰੇ ਹੋਏ ਨੇ। ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।